ਇਹ ਵੀਡੀਓ ਉਹਨਾਂ ਬੇਲੀਆਂ ਨੂੰ ਮੈਂਸ਼ਨ ਕਰੋ ਜਿਨ੍ਹਾਂ ਨੂੰ ਰੋਜ਼ ਸੁਬਾਹ ਉੱਠ ਕੇ ਨਹਾਉਣਾ ਪੈਂਦਾ ਹੈ, ਯਾਨੀ ਕਿ ਲੋਟਾ ਮੋਧਾ ਹੋ ਜਾਂਦਾ ਹੈ। ਉਹ ਤਮਾਮ ਨੌਜਵਾਨ ਜਿਹੜੇ ਪਰੇਸ਼ਾਨ ਨੇ, ਤੁਹਾਨੂੰ ਨੁਸਖਾ ਬਣਾ ਕੇ ਇਸਤੇਮਾਲ ਕਰ ਲਓ, ਅੱਲਾਹ ਖੈਰ ਕਰੇਗਾ। ਸਿੰਘਾੜੇ 50 ਗ੍ਰਾਮ, ਕਸ਼ਨੀਜ਼ 20 ਗ੍ਰਾਮ, ਇੱਕਰ ਕੀ ਫਲੀਆਂ 50 ਗ੍ਰਾਮ, ਇਲਾਇਚੀ ਖੁਰਦ 10 ਗ੍ਰਾਮ, ਮਿਸਰੀ 100 ਗ੍ਰਾਮ, ਮੂਸਲੀ ਸਿਆਹ 50 ਗ੍ਰਾਮ, ਪਾਠਾ 50 ਗ੍ਰਾਮ, ਸਾਰੀਆਂ ਚੀਜ਼ਾਂ ਨੂੰ ਪੀ ਕੇ ਪਾਊਡਰ ਕਰ ਲਓ। ਚਾਹ ਵਾਲੇ ਚਮਚ ਸੁਬਹ ਖਾਲੀ ਮੈਦਾ ਤਾਜ਼ਾ ਪਾਣੀ ਨਾਲ ਇਸਤੇਮਾਲ ਕਰੋ। ਨਾਸ਼ਤਾ ਘੰਟਾ ਡੇਢ ਠਹਿਰ ਕੇ ਕਰੋ, ਅਤੇ ਰਾਤ ਨੂੰ ਖਾਣਾ ਥੋੜ੍ਹਾ ਜਿਹਾ ਹਲਕਾ ਰੱਖੋ, ਅਤੇ ਖਾਣਾ ਖਾ ਕੇ ਘੰਟੇ ਬਾਅਦ ਦੁੱਧ ਜਾਂ ਪਾਣੀ ਨਾਲ ਚਾਹ ਵਾਲੀ ਚਮਚ ਫਿਰ ਲੈ ਲਓ, 2 ਟਾਈਮ ਇਸਤੇਮਾਲ ਕਰੋ। ਇਨਸ਼ਾਅੱਲਾ ਜਿਹੜੇ ਰੋਜ਼ ਰੋਜ਼ ਸੁਬਹ ਉੱਠ ਕੇ ਨਹਾਉਣ ਵਾਲਾ ਮਸਲਾ ਹੈ ਨਾ, ਇਹ ਤੁਹਾਡਾ ਹੱਲ ਹੋ ਜਾਏਗਾ, ਸਕੂਨ ਹੋ ਜਾਏਗਾ।